بسم اللہ الرحمن الرحیم السلام علیکم دوستو ویورز جناب کیا حالت وڈا ٹھیک ہو راضی ہو امید کر دیں سارے خیر خیریت نال ہونگے میں تو وڈا ویر تو وڈا پرا سید شاہ نواز تسی میرا ویکھتے پے ہو یوٹیوب چینل ایس ایس ٹرانسپورٹ کمپنی لو جی ایک نوی ویڈیو لے کے شیئر کرن لگا جناب ویڈیو تسلی نال غور نال دیکھا جی بڑی زبردست ویڈیو جی ٹی 3500 مزدا برائے فروخت ਕਿੰਨੇ ਫੁੱਟ ਆ 16 ਫੁੱਟ 3500 ਮਜ਼ਦਾ ਕਿਹੜਾ ਮਾਡਲ ਹੈ 14 ਮਾਡਲ ਇਹ ਬਰਾਏ ਫਰੋਖਤ ਆ ਇਹਦੀ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਰਿਹਾ ਜਨਾਬ ਵੀਡੀਓ ਦੇਖ ਲਵੋ ਫਿਰ ਐਂਡ 'ਤੇ ਨੰਬਰ ਦੇਣਾ ਓਨਰ ਦਾ ਅਤੇ ਕੰਟਰੈਕਟ ਨੰਬਰ ਦੇਵਾਂਗਾ ਉਹ 'ਤੇ ਰਾਬਤਾ ਕਰ ਲੈ ਸਕਦਾ ਜਿਹਨੂੰ ਜ਼ਰੂਰਤ ਹੋਵੇ 3500 ਮਜ਼ਦਾ 14 ਮਾਡਲ 6 ਨਟਾ ਇਹਨੂੰ ਇਸੇ ਕਿਹੜੇ ਪਾਏ ਕਾਰਗੋ ਦੇਸੀਆਂ ਵਾਲੇ ਠੀਕ ਅੱਛਾ ਠੀਕ ਹੋ ਗਿਆ ਆਓ ਵੇਖਦੇ ਹਾਂ ਸਾਦਾ ਸੈਂਪਲ ਦੇਸੇ ਕਹਿ ਰਹੇ ਨੇ ਓਨਰ ਅਤੇ ਗੱਡੀ ਤੁਹਾਨੂੰ ਵਿਖਾਉਂਦਾ ਜਨਾਬ ਗੱਡੀ ਵੇਖ ਲਓ ਪਹਿਲੇ ਫਿਰ ਉਸ ਤੋਂ ਬਾਅਦ ਲਓ ਜੀ ਜਨਾਬ ਇਹ ਗੱਡੀ ਜਨਾਬ ਕੈਬਨ ਦੀ ਪੋਜੀਸ਼ਨ ਅੰਦਰੋਂ ਤੁਹਾਨੂੰ ਵਿਖਾ ਰਿਹਾ ਜਨਾਬ ਸਿੱਧਾ ਕੈਬਨ ਦੇਸੀ ਲਾਹੌਰੀ ਹੈ ਡੈਸ਼ਬੋਰਡ ਦੀ ਪੋਜੀਸ਼ਨ ਜਨਾਬ ਤੁਹਾਡੇ ਸਾਹਮਣੇ ਵਿਖਾ ਰਿਹਾ ਦੇਖੋ ਰਾਡ ਵਾਲਾ ਲੀਵਰ ਲੱਗਾ ਜੇ ਦੇਸੀ ਕੈਬਨ ਜਿਹੜਾ ਲਾਹੌਰੀ ਹੁੰਦਾ ਉਹਨੂੰ ਰਾਡ ਵਾਲਾ ਲੀਵਰ ਲੱਗਦਾ ਜੇ ਘੱਟ ਕੈਬਨ ਹੋਵੇ ਤਾਂ ਉਹਨੂੰ ਕੇਬਲ ਵਾਲਾ ਛੋਟਾ ਲੀਵਰ ਲੱਗਦਾ ਕੇਬਲ ਵਾਲਾ ਸਟੇਅਰਿੰਗ ਸੀਟਾਂ ਦੀ ਕੰਡੀਸ਼ਨ ਛੱਤ ਦੀ ਕੰਡੀਸ਼ਨ ਕੈਬਨ ਦੀ ਗੁਲਾਈਆਂ ਕੈਬਨ ਦੀਆਂ ਕਲਿੰਡਰ ਸਾਈਡ ਤੋਂ ਇਹ ਗੇਟ ਕਲਿੰਡਰ ਸਾਈਡ ਦਾ ਸੈਂਪਲ ਤੇ ਸਾਦਾ ਸਾਦਾ ਛੇ ਨਟੇ ਸੈਂਪਲ ਕਿਹੜਾ ਸੈਂਪਲ ਮਤਲਬ ਸੈਂਪਲ ਦੇ ਛੇ ਨਟੇ ਸਿਲੰਡਰ ਸਾਈਡ ਦਾ ਅਗਲਾ ਟਾਇਰ ਦਾ ਟਾਇਰ ਅਗਲਾ ਇਹਦੀ ਕੰਡੀਸ਼ਨ ਦੇਖ ਲਓ ਉਸ ਤੋਂ ਬਾਅਦ ਬੈਟਰੀਆਂ ਨਿਊ ਦੋਨੋਂ ਏਅਰ ਕਲਿੰਡਰ 16 ਫੁੱਟ ਟਰਾਲੀ ਇਹ ਕਲਿੰਡਰ ਸਾਈਡ ਤੋਂ ਬਾਡੀ ਦੀ ਕੰਡੀਸ਼ਨ ਜਨਾਬ ਲਾਹੌਰੀ ਆਪਣਾ ਕਸੂਰੀ ਬਾਡੀ 16 ਫੁੱਟ ਗੱਡੀ ਸਿੱਧਾ ਦੇਸੀ ਕੈਬਨ ਕਲਿੰਡਰ ਸਾਈਡ ਤੋਂ ਪਿੱਲਰ ਥੋੜ੍ਹੇ ਥੋੜ੍ਹੇ ਖਰਾਬ ਹੋਏ ਨੇ ਗਲੇ ਹੋਏ ਨੇ ਇਹ ਬਰਾਮਦ ਹੋ ਜਾਣਗੇ ਇਹਨਾਂ ਦਾ ਐਡਾ ਕੋਈ ਇਸ਼ੂ ਨਹੀਂ ਹੁੰਦਾ ਅੰਦਰ ਦੀ ਸਾਈਡ ਤੋਂ ਬਿਲਕੁਲ ਸਾਫ਼ ਬਾਡੀ ਇਹ ਬਾਹਰ ਦੀ ਸਾਈਡ ਤੋਂ ਥੋੜ੍ਹੇ ਥੋੜ੍ਹੇ ਨਾਲ ਗੜੇ ਨੇ ਪਿੱਲਰ ਬਾਕੀ ਬਾਡੀ ਤਕਰੀਬਨ ਠੀਕ ਹੈ ਸਾਰੀ ਕਲਿੰਡਰ ਸਾਈਡ ਦੇ ਪਿਛਲੇ ਟਾਇਰਾਂ ਦੀ ਜੋੜੀ ਦੀ ਕੰਡੀਸ਼ਨ ਫਰੇਮ ਪੱਟੀ ਫਰੀ ਹੋਈ ਜਨਾਬ ਕੋਲੋਂ ਫਰੇਮ ਲਾਰ ਲੱਗੀ ਹੋਈ ਹੈ ਰਕਾਬਾਂ ਕਮਾਨੀਆਂ ਚੌਦਾਂ ਮਾਡਲ ਜੇ ਲਾਹੌਰ ਦਾ ਨੰਬਰ ਆ ਫੌਜੀ ਫਰੇਮ ਗੱਡੀ ਨਿਲਾਮੀ ਦੀ ਫਾਇਰ ਬਿਲਕੁਲ ਕਲੀਅਰ ਮਿਲੇਗੀ ਕਾਗਜ਼ ਦੇ ਕਲੀਅਰ ਮਿਲੇਗਾ ਪਹਿਲਾਂ ਇੰਜਨ ਸਿਲੰਡਰ ਦਾ ਜੇ ਗੇਅਰ ਖੁੱਲ੍ਹਾ ਹੋਇਆ ਇਹਦਾ ਗੇਅਰ ਜਿਹੜਾ ਮੁਰੰਮਤ ਹੋਇਆ ਜੇ ਇੰਜਨ ਸਿਲੰਡਰ ਦਾ ਪਿਛਲਾ ਡਾਲੇ ਦੀ ਕੰਡੀਸ਼ਨ ਦੇਖ ਲਓ 12-13 ਟਨ ਵਧਣ ਪਾਉਂਦੀ ਆ ਮੂੰਜੀ ਪਾ ਕੇ ਆਈ ਹੈ ਜੇ ਹੁਣ 13 ਟਨ ਡਰਾਈਵਰ ਸਾਈਡ ਦੇ ਪਿਛਲੀ ਜੋੜੀ ਟਾਇਰਾਂ ਦੀ ਇਹਦੀ ਕੰਡੀਸ਼ਨ ਦੇਖ ਲਓ ਇਹ ਕੰਡੀਸ਼ਨ ਜੇ ਸਰਵਿਸ ਨਹੀਂ ਹੋਈ ਗੱਡੀ ਹਜੇ ਗੰਦੀ ਗੁੰਦੀ ਹੋਈ ਆ ਇਹਦੇ ਬਿਲਕੁਲ ਸਾਫ ਸੁਥਰੀ ਨਜ਼ਰ ਆਉਣੀ ਐਂਡ ਟਿਊਬ
ਬਾਡੀ ਦੀ ਕੰਡੀਸ਼ਨ ਦੇਖ ਲਓ, ਬਿਲਕੁਲ ਸਾਫ਼ ਬਾਡੀ। ਉਹੀ ਇੱਧਰ ਵੀ ਇੱਕ ਦੋ ਪਿੱਲਰ ਹੈਗੇ ਨੇ ਜਿਹੜੇ ਕਿ ਖਰਾਬ ਨੇ ਥੱਲੜੀ ਸੈਡ ਤੋਂ ਬਸ ਐ ਵਾਲਾ, ਬਾਕੀ ਉੱਪਰੋਂ ਠੀਕ ਹੈ ਬਾਡੀ ਸਾਰੀ। ਤਿੰਨ ਪਿੱਲਰ ਮੇਰਾ ਖਰਾ ਇੱਧਰੋਂ ਖਰਾਬ, ਤਿੰਨ ਹੀ ਉੱਧਰੋਂ, ਬਾਕੀ ਠੀਕ ਆ ਸਾਫ਼ ਸੁਥਰੀ ਬਾਡੀ। ਇਹ ਮੁਰੰਮਤ ਹੋ ਜਾਣਗੇ ਇਹਨਾਂ ਦਾ ਕੁਛ। ਸੋਲਾਂ ਫੁੱਟ ਟਰਾਲੀ, ਇਹ ਸਾਈਡ ਬ੍ਰੇਕ ਵੀ ਲੱਗੀ ਹੋਈ ਜਨਾਬ, ਸਾਈਡ ਬ੍ਰੇਕ ਦੇਖ ਲਓ। ਡਰਾਈਵਰ ਸਾਈਡ ਦਾ ਅਗਲਾ ਟਾਇਰ, ਫਰੇਮ, ਡਰਾਈਵਰ ਸਾਈਡ ਦਾ ਗੇਟ, ਫਾਇਲ, ਕਾਗਜ਼ ਬਿਲਕੁਲ ਕਲੀਅਰ, ਐਚ ਏ ਸੀ ਨੰਬਰ ਵੀ ਤੁਹਾਨੂੰ ਵਿਖਾ ਦਿੰਦਾ ਲੱਗਾ ਹੋਇਆ, ਇਹ ਦੇਖੋ ਐਚ ਏ ਸੀ ਨੰਬਰ। ਲਓ ਜੀ ਜਨਾਬ, ਇਹ ਪੂਰੀ ਲੁੱਕ ਗੱਡੀ ਦੀ, ਦੇਖ ਲਓ ਜਨਾਬ ਦੀ ਲੋਕੇਸ਼ਨ ਗੱਡੀ ਦੀ, ਪਾਕ ਪਤਨ ਸ਼ਰੀਫ ਹੈਗੀ ਜੇ। ਰਾਬਤਾ ਨੰਬਰ ਮੈਂ ਵੀਡੀਓ ਦੇ ਐਂਡ ਤੁਹਾਨੂੰ ਦੇ ਦਿਆਂਗਾ, ਰਾਬਤਾ ਕਰ ਸਕਦੇ। ਰਾਬਤਾ ਨੰਬਰ ਵੀ ਵੀਡੀਓ ਦੇ ਐਂਡ ਤੋਂ ਦੇ ਦਿਆਂਗਾ ਅਤੇ ਡਿਮਾਂਡ ਵੀ ਦੱਸ ਦਿਆਂਗਾ। ਲਓ ਜਨਾਬ, ਇਹ ਸੀ ਅੱਜ ਦੀ ਵੀਡੀਓ। 16 ਫੁੱਟ ਕਸੂਰੀ ਬਾਡੀ 'ਚ ਗੱਡੀ, ਸਿੱਧਾ ਕੈਬਨ ਲਾਹੌਰੀ ਦੇਸੀ ਕੈਬਨ, 6 ਇੰਚ ਹਿੱਸੇ, ਸਾਈਡ ਬ੍ਰੇਕ ਲੱਗੀ, ਬੈਟਰੀਆਂ ਨਿਊ, ਟਾਇਰ ਨਿਊ, ਹਰ ਸ਼ਾਇਦ ਤੁਹਾਨੂੰ ਮੈਂ ਵਿਖਾਤੀ ਆ। ਕਾਗਜ਼ ਕਲੀਅਰ ਮਿਲਣਗੇ। ਇੰਜਨ ਦੀ ਕੰਡੀਸ਼ਨ ਕੀ ਆ ਸਫ਼ਰ ਉਹਦੀ? ਉਹ ਇੰਜਨ ਦੀ ਕੰਡੀਸ਼ਨ ਸਟੈਂਡਰਡ 'ਤੇ, ਗੇਅਰ ਖੁੱਲ੍ਹਿਆ ਹੋਇਆ ਸੀ, ਹਿੱਸਾ ਬੰਦ ਹੈ ਅਤੇ ਗੇਅਰ ਖੁੱਲ੍ਹਾ ਹੋਇਆ ਅਤੇ ਇੰਜਨ ਸਟੈਂਡਰਡ 'ਤੇ ਆ। ਆਹ 16 ਫੁੱਟ ਗੱਡੀ ਦਾ ਇਹ ਸੀ ਵੀਡੀਓ ਜਨਾਬ, ਤੁਹਾਨੂੰ ਜਿਹੜੀ ਵਿਖਾਈ ਆ। ਅਤੇ ਅਗਰ ਕਿਸੇ ਭਰਾ ਨੂੰ ਜ਼ਰੂਰਤ ਹੋਵੇ ਗੱਡੀ ਦੀ, ਅਤੇ ਰਾਬਤਾ ਨੰਬਰ ਮੈਂ ਚੱਲਦਾ ਪਿਆ ਸਕਰੀਨ 'ਤੇ, ਇੱਥੇ ਰਾਬਤਾ ਕਰਕੇ ਲੈ ਸਕਦੇ ਜੇ। ਇਹਦੀ ਡਿਮਾਂਡ ਹੈਗੀ ਜਨਾਬ 25 ਲੱਖ ਰੁਪਏ ਡਿਮਾਂਡ ਜੇ। ਜਿਹੜੀਆਂ ਮੈਂ ਡਿਮਾਂਡਾਂ ਦੱਸਣ ਡਿਆ ਨਾ, ਇਹ 'ਚ ਕਮੀ ਪੇਸ਼ੀ ਹੋ ਜਾਏਗੀ ਬਿਆਨੇ ਨਾਲ। ਜੇ ਤੁਸੀਂ ਆਓਗੇ ਪੈਸੇ ਲੈ ਕੇ, ਫਿਰ ਜੋ ਵੀ ਮੌਕੇ ਨਾਲ ਹੋਏਗਾ ਉਹ ਬੰਦਾ ਕਰ ਲੈਂਦਾ। ਲੇਕਿਨ ਇਹ ਨਾ ਸਮਝ ਲੈਣਾ ਵੀ ਜਿਹੜੀ ਮੈਂ ਗੱਲ ਕਰਦੀ ਉਹ ਸਹੀ ਕਰ ਦਿੱਤੀ, ਕਿਉਂਕਿ ਹੁੰਦੀ ਆ ਡਿਮਾਂਡ ਮਾਲਕ ਕਰਦਾ ਹੀ ਹੁੰਦਾ। ਲੇਕਿਨ ਇਹ ਜਦੋਂ ਤੁਸੀਂ ਆਓਗੇ ਪੈਸੇ ਲੈ ਕੇ, ਟੇਬਲ 'ਤੇ ਰੱਖਾਂਗੇ, ਫਿਰ ਕਰ ਲਾਂਗੇ ਵਾਧਾ ਘਾਟਾ ਜਿਹੜਾ ਵੀ ਹੋਏਗਾ, ਜਿੰਨੀ ਕੁ ਸਾਡੇ ਕੋਲ ਗੁੰਜਾਇਸ਼ ਹੋਏਗੀ ਇਨਸ਼ਾਅੱਲਾ ਕਰਾਂਗੇ। ਅਤੇ ਅੱਜ ਦੀ ਵੀਡੀਓ ਜਨਾਬ ਅੱਜ ਦੀ, ਅਗਰ ਵੀਡੀਓ ਪਸੰਦ ਆਈ ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ। ਮਿਹਰਬਾਨੀ, ਬਹੁਤ ਸ਼ੁਕਰੀਆ ਜਨਾਬ, ਅੱਲਾ ਹਾਫਿਜ਼।